ਬਈ ਥੋੜਾ ਰੁਕਣਾ ਚਾਹੂੰਗਾ ਪੱਗ ਦਾ ਮਸਲਾ ਜੇ ਆਪਾਂ ਪੱਗ ਦੇ ਮਸਲੇ ਤੇ ਝਾਤ ਮਾਰੀਏ ਤਾਂ ਇੱਕ ਦਿਨ ਪਹਿਲਾਂ ਗੁਲਾਬ ਸਿੱਧੂ ਦੇ ਅਖਾੜੇ ਤੇ ਇੱਕ ਬਜ਼ੁਰਗ ਦੀ ਪੱਗ ਉਤਰੀ ਉਸ ਵਕਤ ਵੀ ਝਾਤ ਮਾਰੀਏ ਉੱਧਰ ਗਏ ਹੋ ਬਾਈ ਕਿ ਗਜੜੀ ਗੁਲਾਬ ਸਿੱਧੂ ਦੀ ਗੱਲ ਨਾ ਵੇਖੋ ਸਾਡੇ ਬਹੁਤੇ ਲੋਕਾਂ ਨੂੰ ਜਿਹੜਾ ਨਾ ਜਿੱਦਾਂ ਕਹਿ ਸਕਦੇ ਆਪ ਹੀ ਪੱਗਾਂ ਨੂੰ ਸਾਡੇ ਆਪ ਤੇ ਆ ਪ੍ਰੋਫੈਸਰ ਸਾਹਿਬ ਨੇ ਜੀ ਸਾਨੂੰ ਆਪ ਵੀ ਥੋੜਾ ਥੋੜਾ ਖੁੱਲੇ ਹੋ ਜੀਏ ਜੀ ਜੀ ਸਾਨੂੰ ਆਪ ਵੀ ਕੁਝ ਆਦਤਾਂ ਹੈਗੀਆਂ ਪੱਗਾਂ ਲਵਾਉਣ ਦੀਆਂ ਠੀਕ ਆ ਜੀ ਜੇ ਸਾਨੂੰ ਆਦਤ ਨਾ ਹੋਵੇ ਮੈਨੂੰ ਇੱਕ ਗੱਲ ਦੱਸੋ ਵੀ ਉਹਨੇ ਜਿੰਨੀ ਜ਼ਮੀਨ ਆਪਣੀ ਜਿਹੜੀ ਆ ਉਹ ਵੱਢ ਟੁੱਕ ਕੇ ਫਸਲ ਖਰਾਬ ਕਰਕੇ ਉਹਨਾਂ ਨੂੰ ਸਟੇਜ ਤੇ ਲਾ ਕੇ ਦਿੱਤੀ ਉਹਨੂੰ ਹਰਾਮ ਦੇ ਨੂੰ ਪੁੱਛੋ ਵੀ ਜਿਹੜਾ ਤੂੰ ਖਰਾਬ ਕਰਤੀ ਫਸਲ ਇਹੋ ਪੈਸੇ ਤੂੰ ਕੇ ਗਰੀਬ ਪਰਿਵਾਰ ਪੰਜਾਬ ਦਾ ਵਿਕਾਸ ਕਿਉਂ ਨਹੀਂ ਕਰ ਸਕਦੇ ਯਾਰ ਪੰਜਾਬ ਦਾ ਵਿਕਾਸ ਤੇ ਹੀ ਆਪ ਹੀ ਨਹੀਂ ਕਰਦੇ ਇਹਨਾਂ ਲੰਡੂ ਕਲਾਕਾਰਾਂ ਨੂੰ ਇੱਕ ਸੱਦਦੇ ਆ ਇੱਕ ਨੂੰ ਤੁਸੀਂ 10-10 ਕਿੱਲੇ ਜ਼ਮੀਨ ਖਾਲੀ ਕਰਕੇ ਦਿੰਦੇ ਆ ਆਪਣੀ ਜਨਸ ਨੂੰ ਖਰਾਬ ਕਰਦੇ ਦੂਜੇ ਛਿੱਤਰ ਖਾਂਦੇ ਆ ਮੈਂ ਚਾਹੁੰਦਾ ਮੈਂ ਉਹਦੇ ਤੇ ਬੋਲ ਸਕਦਾ ਪਰ ਨਹੀਂ ਬੋਲਿਆ ਜਿੰਨਾ ਚਿਰ ਇਹਨਾਂ ਲੋਕਾਂ ਦੇ ਛਿੱਤਰ ਨਹੀਂ ਵੱਜਦੇ ਇਹਨਾਂ ਨੂੰ ਅਕਲ ਆਉਣੀ ਨਹੀਂ ਆ ਠੀਕ ਆ ਜੀ ਜਦੋਂ ਪੱਗਾਂ ਤੁਸੀਂ ਸਿਰਾਂ ਦੇ ਪਸਾਈਆਂ ਗਾਤਰੇ ਤੁਸੀਂ ਪਾਏ ਆ ਤੇ ਤੁਹਾਡਾ ਕੀ ਕੰਮ ਆ ਵੀ ਸ਼ਰਾਬੀਆਂ ਕੁਆਬੀਆਂ ਦੇ ਨਾਲ ਤੁਸੀਂ ਨੱਚਦੇ ਟੱਪਦੇ ਫਿਰਦੇ ਆ ਕੀ ਗੱਲ ਇਹ ਇਹਨਾਂ ਤਨਖਾਹੀਏ ਨਹੀਂ ਬੰਦੇ ਇਹ ਬੰਦੇ ਤਨਖਾਹੀਏ ਆ ਕੋਈ ਬੰਦਾ ਇਦਾਂ ਦਾ ਸਾਡੇ ਸਾਹਮਣੇ ਡਰਾਮਾ ਕਰੂਗਾ ਮੈਂ ਅਕਾਲ ਤਖਤ ਨੂੰ ਵੀ ਬੇਨਤੀ ਕਰਦਾ ਭਾਈ ਜਿਹੜੇ ਇਹੋ ਜਿਹੇ ਕਲਾਕਾਰਾਂ ਦੇ ਡਰਾਮੇ ਕਰਕੇ ਬਾਅਦ 'ਚ ਕਹਿੰਦੇ ਸਾਡੀ ਪੱਗ ਲਾਤੀ ਉਹਨਾਂ ਦੇ ਛਿੱਤਰ ਮਾਰੋ ਅਸੀਂ ਤਾਂ ਵੀ ਨਹੀਂ ਆਉਣਾ ਹਾਂ ਕੋਈ ਧਰਮ ਦੇ ਪੱਖ ਤੇ ਚੱਲਦਿਆਂ ਦੀ ਜੇ ਕਿਸੇ ਦੀ ਪੱਗ ਦੀ ਗੱਲ ਦੂਰ ਦੀ ਗੱਲ ਆ ਉਹਦੀ ਬਾਬਲੀ ਕੋਈ ਵੇਖੂਗਾ ਭਾਵੇਂ ਸਾਨੂੰ ਸਿਰ ਦੇਣਾ ਪਵਾ ਦੇਵਾਂਗੇ ਪਰ ਇਹ ਥੋੜ੍ਹਾ ਯਾਰ ਤੁਸੀਂ ਕਲਾਕਾਰਾਂ ਦੇ ਟਪੂਸੀਆਂ ਮਾਰਦੇ ਫਿਰੋ ਤੇ ਅਸੀਂ ਤੁਹਾਡੇ ਮਗਰ ਆ ਕੇ ਆਖੇ ਪੱਗ ਡੇਪੀ ਦੇ ਗੁਲਾਬ ਸਿੰਘ ਤੋਂ ਮਾਫੀ ਮੰਗਾ ਲਈਏ ਹਾਂ ਗੁਲਾਬ ਸਿੱਧੂ ਨੇ ਜੇ ਕਿਤੇ ਕਿਸੇ ਅਮਰਧਾਰੀ ਸਿੰਘ ਵਾਕਿਆ ਤਿਆਰ ਬਰ ਤਿਆਰ ਗੁਰੂ ਘਰ 'ਚ ਹੁੰਦਾ ਉਹਦੇ ਨਾਲ ਕੋਈ ਗ੍ਰਹਿਤ ਕੀਤੀ ਹੁੰਦੀ ਭਾਵੇਂ ਉਹਦੇ ਬੰਸਰ ਹੁੰਦੇ ਸਾਡੇ ਨਾਲ ਭਾਵੇਂ ਜਿਹੜਾ ਮਰਜ਼ੀ ਕੱਲਾ ਕੱਲਾ ਵੇਖ ਲਏ ਐਡੇ ਵੀ ਨਹੀਂ ਨਿਹੰਗ ਮਾੜੇ ਠੀਕ ਹੈ ਨਾ ਅਸੀਂ ਪੱਗ ਦੀ ਰਾਖੀ ਕਰਨੀ ਆਉਂਦੀ ਸਾਨੂੰ ਲੇਕਿਨ ਯਾਰ ਤੁਸੀਂ ਆਪ ਹੀ ਹੱਦ ਮੁਕਾਰਤੀ ਤੁਸੀਂ ਆਪ ਬੱਜਰ ਕਰਾਤਾਂ ਕਰਦੇ ਪਏ ਆ ਵੇਖੋ ਮਹਾਰਾਜ ਜਦੋਂ ਮਹਾਰਾਜਾ ਰਣਜੀਤ ਸਿੰਘ ਮੋਰਾਂ ਦਾ ਨਾਚ ਵੇਖਣ ਵਾਸਤੇ ਗਿਆ ਉਹਨੂੰ ਤਨਖਾਹੀਆ ਕਰਾਰ ਦਿੱਤਾ ਉਹਨੂੰ ਬੇਰੀ ਦੇ ਨਾਲ ਜਫਾ ਪਾਉਣ ਨੂੰ ਵੀ ਆਖਿਆ ਕੋਰੜੇ ਮਾਰਨ ਵਾਸਤੇ ਵੀ ਆਖਿਆ ਤੇ ਪੰਥ ਨੇ ਕਿਹਾ ਵੀ ਇਹ ਇੱਕ ਚੰਗਾ ਰਾਜਾ ਵਾ ਇਹਨੂੰ ਬਖਸ਼ ਦਿੱਤਾ ਜਾਣਾ ਚਾਹੀਦਾ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਉਹਨੂੰ ਬਖਸ਼ਿਆ ਠੀਕ ਆ ਜੀ